ਵੀਵਰ ਦੱਸੇ ਸੋ 96 ਮਾਡਲ ਹੁਣ ਮੈਂ ਆਪ ਖੁਦ ਗਿੰਦਾ ਤੁਸਾਂ ਕਮੈਂਟ ਕਰੇ ਸੋ ਦੱਸੇ ਸੋ 96 ਮਾਡਲ ਗਿੰਨਾ ਨਾ ਗਿੰਨਾ 96 ਮਾਡਲ ਬਿਹਤਰੀਨ ਖੁੱਲੀ ਗੱਡੀ ਹੈ ਸੋਹਣੀ ਗੱਡੀ ਹੈ ਮਾਸ਼ਾਅੱਲਾ ਪੈਟਰੋਲ ਦੀ ਐਵਰੇਜ ਇਹਦੀ ਕਿਲੋਮੀਟਰ ਤੇ ਕਿੰਨਾ ਖਾਉਣੀ ਹੈ ਨੇ ਤਕਰੀਬਨ 17 18 ਕਿਲੋਮੀਟਰ ਵੀਵਰ ਇਹ ਤੁਹਾਨੂੰ ਦਿਖੇਨੇ ਪੈ 96 ਮਾਡਲ ਹੈ ਕੋਰੋ ਦੀ ਗੱਡੀ ਹੈ ਉਸਤਾਦ ਨੂੰ ਫਿੱਟ ਕਰਨਾ ਪੈ ਰੈਂਟ ਤੇ ਮੈਂ ਲੋਕ ਦੇ ਚਲਨੇ ਤੇ ਗੱਡੀ ਦੀ ਪੋਜੀਸ਼ਨ ਦੇਖੋ ਕੀ ਬਾਤ ਹੈ ਉਦੀ ਵਿੱਚ ਹਵਾਈ ਜਹਾਜ਼ ਵਾਲੀ ਕਾਰ ਕੀ ਬਾਤ ਹੈ ਜ਼ਬਰਦਸਤ ਵਾਹ ਵਾਹ ਕੀ ਬਾਤ ਹੈ ਪੰਜਾਬ ਦਾ ਨੰਬਰ ਹੈ ਇਹ ਪੰਜਾਬ ਦਾ ਨੰਬਰ ਨਹੀਂ ਤਾਂ ਖਾਲਦ ਸਹੀ ਹੈ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਵੀਰ ਸੁਬਾ ਸੁਬਾ ਟਾਈਮ ਹੈ ਅਜੇ ਦੇਖਣਾ ਤੋਂ ਕੋਈ ਦਿਖੇ ਨਾ ਪਏ ਗੱਡੀ ਇਹ 96 ਮਾਡਲ ਉਦੀ ਵਿੱਚ ਬਿਹਤਰੀਨ ਦਿਨਾਂ ਲੱਗਾ ਪਏ ਇਹ ਹੁੰਦੇ ਆਪਣੀ ਇਹ ਆਪ ਮਿਸਤਰੀ ਵੀ ਹੈ ਕਾਰੀਗਰ ਗੱਡੀ ਵੀ ਹੁੰਦੀ ਹੈ ਬਹੁਤ ਅੱਛੀ ਚੰਗੀ ਗੱਡੀ ਹੈ ਜਿਹੜਾ ਨਾ ਫਰੈਸ਼ ਥੀ ਕੇ ਉਦੀ ਹੈ ਤੱਕ ਅੰਦਰੋਂ ਦੀ ਸਾਈਟ ਦਿਖਾਉਣ 96 ਮਾਡਲ ਹੈ ਬਹੁਤ ਖੁੱਲੀ ਹੈ ਪੰਜ ਬੰਦੇ ਵਿੱਚੋਂ ਸਕੂਨ ਨਾਲ ਬੈਠੀ ਵੈਨ ਤੇ ਦੂ ਅੱਗੋ 7 ਬੰਦੇ ਹਨ 6 ਬੰਦੇ ਬੈਠ ਸਕਦੇ ਨੇ 6 ਬੰਦੇ ਪਿੱਛੋਂ ਤੇ ਦੂ ਅੱਗੋ 3 ਅੱਗੋ ਬੈਠ ਸਕਦੇ ਨੇ ਇਤਨੀ ਖੁੱਲੀ ਹੈ ਬਿਹਤਰੀਨ ਫਿੱਟ ਹੈ ਇਹ ਦੇਖੋ ਤੁਹਾਨੂੰ ਦਿਖਾਉਂ ਚੈੱਕ ਕਰੋ ਬਿਲਕੁਲ ਯਾਰ ਬਿਲਕੁਲ ਇਹ ਦੇਖ ਕੀ ਬਾਤ ਹੈ 96 ਮਾਡਲ ਹੈ ਵੀਏਪੀ ਗੱਡੀ ਹੈ ਵਾਹ ਵਾਹ ਇਹ ਉਸਤਾਦ ਥੋੜ੍ਹਾ ਇੱਕ ਗਰੀਸ ਮਰੀਸ ਲੈਣਾ ਪਏ ਜਮੇ ਨਾ ਪਏ ਉਸਤਾਦ ਇੱਕ ਮੈਂ ਰੈਂਟ ਤੇ ਚੱਲਣਾ ਕੀ ਮਾਹੌਲ ਹੈ ਬਿਹਤਰੀਨ ਮਾਹੌਲ ਦੀ ਉਸਤਾਦ ਜੀ ਵੀਏਪੀ ਕੀ ਬਾਤ ਹੈ ਅਸਲਾਮ ਅਲੈਕੁਮ ਉਸਤਾਦ ਜੀ ਕੀ ਹਾਲ ਹੈ ਸਿਹਤ ਵੀ ਠੀਕ ਹੈ ਫਿੱਟ ਕਰਨਾ ਪਈ ਸਾਰੇ ਸਾਹਿਬ ਦਾ ਮਾਡਲ 96 ਉਸਤਾਦ 96 ਨਾ ਜਿਵੇਂ ਤੂੰ ਖੜ ਖੜ ਪਿੱਛੋਂ ਸੀਟ ਦੇਖੋ ਵਾਹ ਖੁੱਲੀ ਹੈ ਬਿਹਤਰੀਨ 6 ਬੰਦੇ ਬਾਕੀ ਨੇ ਬੈਠ ਸਕਦੇ ਨੇ ਤਰਾਏ ਪਿੱਛੋਂ ਨਾ ਬੈਠ ਸਰ ਸੀਟ ਦੇ ਪਿੱਛੋਂ ਹੀ ਤਰਾਏ ਜੀ ਸਰ ਸੀਟ ਤੇ ਜੋ ਪਿੱਛੋਂ ਹੀ ਤਰਾਏ ਬੈਠ ਸਕਦੇ ਪਿੱਛੋਂ ਸੀਟ ਦੇ ਪਿੱਛੋਂ ਡਿੱਗੀ ਤੇ ਜੀ ਹਾਂ ਡਿੱਗੀ ਤੇ ਦੇਖੋ ਇੱਥੇ ਹੀ ਬੈਠ ਸਕਦੇ ਇਤਾਂ ਆਮ ਗੱਡੀ ਨਹੀਂ ਵੀ ਇਹ ਅੱਛਾ ਹਾਂ ਇਹ ਕੋ ਪਿੱਛੋਂ ਦੇਖ ਤੂੰ ਤਰਾਏ ਡਿੱਗੀ ਤੇ ਬੈਠ ਬਸਨ ਇਹ ਗੱਲ ਹੀ ਹੈ ਬੰਦਾ ਮਜਬੂਰ ਕਿ ਪਿੱਛੋਂ ਬੈਠ ਬੈਠ 96 ਮਾਡਲ ਬਿਹਤਰੀਨ ਖੁੱਲੀ ਗੱਡੀ ਹੈ ਸੋਹਣੀ ਗੱਡੀ ਹੈ ਮਾਸ਼ਾਅੱਲਾ ਕਿਆ ਹੀ ਬਾਤ ਹੈ ਕਮਾਲ ਦੀ ਗੱਡੀ ਹੈ ਇਹ ਜੰਜ ਦੇ ਨਾਂ ਦੀ ਗੱਡੀ ਹੈ ਜੰਜ ਚਾਉਣੀ ਪੈਂਦੀ ਹੈ ਜੰਜ ਜੀ ਇਹਨਾਂ ਦੇ ਜੰਜ ਵਾਉਂਦੇ ਨਾ ਜੰਜ ਪਰਾਂ ਦੀ ਬਰਾਤ ਬਰਾਤ ਹਾਂ ਉਹ ਲੱਡੀ ਵਜੇ ਤੇ ਇਹ ਗੱਡੀ ਤੇ ਹਾਂ ਸਹੀ ਹੈ ਨਾ ਨਾ ਪਿਆਰੀ ਗੱਡੀ ਹੈ ਮਾਸ਼ਾਅੱਲਾ ਬਹੁਤ ਹੀ ਸੋਹਣੀ ਗੱਡੀ ਹੈ ਦੇਖੋ ਕਿਆ ਬਾਤ ਹੈ ਬਹੁਤ ਹੀ ਜ਼ਬਰਦਸਤ ਇਹ ਉਸਤਾਦ ਦੀ ਆਪਣੀ ਗੱਡੀ ਹੈ 96 ਮਾਡਲ ਬਹੁਤ ਹੀ ਵੀਏਪੀ ਗੱਡੀ ਹੈ ਕਮਾਲ ਦੀ ਗੱਡੀ ਹੈ ਜ਼ਬਰਦਸਤ ਕਿਆ ਬਾਤ ਹੈ ਗੱਡੀ ਵਾਹ ਵਾਹ 96 ਮਾਡਲ ਹੈ ਉਸਤਾਦ ਜੀ ਡਿੱਟੀ ਕਿਆ ਬਾਤ ਹੈ ਅਗੋ ਹਟਾ ਉਸਤਾਦ ਇਹ ਵੀਰ ਅਸਾਂ ਗਿਆ ਤੁਹਾਨੂੰ 96 ਮਾਡਲ ਦਿਖਾਉਂ ਗੱਡੀ ਰੋਡ ਤੇ ਖੜਾ ਸੀ ਸਵੇਰੇ ਸਵੇਰੇ ਵੀਰ ਡਿੱਟੀ ਨੇ ਤੁਹਾਨੂੰ ਦਿਖਾ ਰਹੀ ਸੀ 96 ਮਾਡਲ ਗੱਡੀ ਹੈ ਤੇ ਅਸਾਂ ਕਿਹਾ ਅੱਜ ਵੀਰ ਨੇ ਗੁਜਰਾਂ 96 ਮਾਡਲ ਗੱਡੀ ਦਿਖਾਉਂ ਬਹੁਤ ਸੋਹਣੀ ਗੱਡੀ ਹੈ ਇਹਨੇ ਇਤਨੀ ਖੁੱਲੀ ਸੀਟ ਹੈ ਪਿੱਛੋਂ 5-6 ਬੰਦੇ ਪਿੱਛੋਂ ਆਨੇ 3 ਬੰਦੇ ਅੱਗੋਂ ਬੈਠੇ ਸਨ ਬਹੁਤ ਹੀ ਚੰਗੀ ਸੋਹਣੀ ਗੱਡੀ ਹੈ 96 ਮਾਡਲ ਕਲਰ ਹੀ ਚੰਗਾ ਚਿੱਟਾ ਕਲਰ ਲੈ ਮਾਸ਼ਾਅੱਲਾ ਉਸਤਾਦ ਰੱਖੀ ਪਏ ਜਮਈ ਪਏ ਗੱਡੀ ਕੋ ਹੀਰਾ ਮੋਟਰ ਹੈ ਅਸਾਂ ਕੇ 96 ਮਾਡਲ ਅੱਜ ਦਿਖਾਉਂ ਸੋਹਣੀ ਸੋਹਣੀ ਗੱਡੀ ਹੈ ਵਾਹ ਵਾਹ ਕੀ ਬਾਤ ਹੈ ਉਸਤਾਦ ਬੇਟੇ ਉਸਤਾਦ ਜਾ ਵੈਸੇ ਵਿਚੇ ਨਾ ਹੀਵੇਂ ਮੋਟਰ 96 ਮਾਡਲ ਕਹਵਾ ਸੀ ਚੋਕੀ ਕੀਮਤ ਦੀ 280000 ਕੀਮਤ ਹੈ ਦੀ 280000 ਜੀ ਆ ਇਹ ਸਪੀਡ ਕਿਤਨੀ ਬਰਨੀ ਹੈ ਸਪੀਡ ਡਬਲ ਟਾਪ ਗੱਡੀ ਹੈ ਬਾਬਾ ਜੇ ਲੈ ਤੇ ਬਰਾਬਰ ਟਰਦੀ ਹੈ ਪੈਟਰੋਲ ਦੀ ਐਵਰੇਜ ਇਹਦੀ ਕਿਲੋਮੀਟਰ ਤੇ ਕਿੰਨਾ ਖਾਉਣੀ ਹੈ ਹਾਂ ਨੇ ਤਕਰੀਬਨ 17 18 ਕਿਲੋਮੀਟਰ ਕਰੰਦੀ ਹੈ ਲੀਟਰ ਚ ਜੀ ਆ ਲੀਟਰ ਚ 17 18 ਕਿਲੋਮੀਟਰ ਵਾਹ ਇਹ ਤੇ ਚੰਗੀ ਗੱਡੀ ਹੈ ਵੀਰ ਦੇਖੋ ਇਹ 96 ਮਾਡਲ ਹੈ 1 ਲੀਟਰ ਪੈਟਰੋਲ ਦਾ ਸੱਟੋ ਤ 17 18 ਕਿਲੋਮੀਟਰ ਕਰੰਦੀ ਹੈ ਵੀਰ ਦੱਸੇ ਸੋ ਇਹ 96 ਮਾਡਲ ਹੁਣ ਮੈਂ ਆਪ ਖੁਦ ਗਿੰਦਾ ਤੁਸਾਂ ਕਮੈਂਟ ਕਰੇ ਸੋ ਦੱਸੇ ਸੋ 96 ਮਾਡਲ ਗਿੰਨਾ ਨਾ ਗਿੰਨਾ ਇਹਦੀ ਪੈਟਰੋਲ ਦੀ ਐਵਰੇਜ ਤਾਂ ਦੱਸੀ ਸੇ 16 17 ਕਿਲੋਮੀਟਰ ਲੀਟਰ ਚ ਕਰੰਦੀ ਹੈ ਲੱਗਦੀ ਤਾਂ ਵੀਏਪੀ ਗੱਡੀ ਹੈ ਦੱਸੋ ਮੈਂ ਗਿੰਨਾ ਗੜੀ ਨਾ ਗਿੰਨਾ 96 ਮਾਡਲ ਕਰਨਾ ਕੋਈ ਤੁਸਾਂ ਗਿੰਨੋ ਵੀ ਵਾਰ ਦੱਸੇ ਸੋ ਮੈਂ ਗਿੰਦਾ ਮੇਰਾ ਮੂਡ ਥਿਆੜੇ ਦੱਸੇ ਸੋ ਕਮੈਂਟ ਕਰੇ ਸੋ ਜਵਾਬ ਦੇ ਸੋ ਲਾਜ਼ਮੀ ਪਿੱਛੇ ਜਿਵੇਂ ਹੋ ਸੇ